ਗੁਰਦੁਆਰਾ ਅੰਬ ਸਾਹਿਬ ਕਿਸਾਨ ਮਜ਼ਦੂਰ ਨੌਜਵਾਨ ਸਾਰੇ ਪਹੁੰਚਣੇ ਸ਼ੁਰੂ ਹੋ ਗਏ ਨੇ ਅਤੇ ਵੱਧ ਤੋਂ ਵੱਧ ਬੇਨਤੀ ਹੈ ਸੰਗਤਾਂ ਨੂੰ ਇਨਸਾਫ ਮਾਰਚ ਵਿੱਚ ਸ਼ਾਮਿਲ ਹੋਵੋ। ਅੱਜ ਅਸੀਂ ਹੁਣ ਗੁਰਦੁਆਰਾ ਅੰਬ ਸਾਹਿਬ ਸਾਰੇ ਪਹੁੰਚ ਰਹੇ ਹਾਂ ਦੋਵਾਂ ਮੋਰਚਿਆਂ ਦੀ ਕੇਵਮ ਅਤੇ ਐਸ ਕੇ ਐਮ ਗੈਰ ਰਾਜਕ ਦੀ ਪੂਰੀ ਲੀਡਰਸ਼ਿਪ ਵੀ ਇੱਥੇ ਪਹੁੰਚ ਰਹੀ ਹੈਗੀ ਆ। ਅੱਜ ਇਨਸਾਫ ਮਾਰਚ ਜਿਹੜਾ ਵਾ ਗੁਰਦੁਆਰਾ ਅੰਬ ਸਾਹਿਬ ਤੋਂ ਸ਼ੁਰੂ ਹੋ ਕੇ ਐਸ ਐਸ ਪੀ ਮੋਹਾਲੀ ਤੱਕ ਜਾਵੇਗਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਾਤਾਵਾਂ ਭੈਣਾਂ ਨੂੰ ਵੱਧ ਤੋਂ ਵੱਧ ਇਸ ਇਨਸਾਫ ਮਾਰਚ ਵਿੱਚ ਸ਼ਾਮਿਲ ਹੋਵੋ। ਪ੍ਰੈਸ ਨੂੰ ਵੀ ਬੇਨਤੀ ਆ ਵੀ ਉਹ 11 ਵਜੇ ਇੱਥੇ ਸਾਰੀ ਪ੍ਰੈਸ ਆਵੇ, ਮਾਰਚ ਕਵਰੇਜ ਕਰੇ। ਐਸ ਐਸ ਪੀ ਬਾਰਮੂਰੇ ਤੱਕ ਜਿਹੜਾ ਅਸੀਂ ਚਿੱਠੀ ਬਣਾਈ ਆ, ਜਿਹੜੀ ਅਸੀਂ ਸ਼ਿਕਾਇਤ ਦੇਣੀ ਐਸ ਐਸ ਪੀ ਸਾਹਿਬ ਨੂੰ ਮੰਗ ਪੱਤਰ ਦੇਣਾ, ਉਹ ਸਾਰੀ ਕਵਰੇਜ ਕਰਕੇ ਜਾਣ। ਧੰਨਵਾਦ।